अजीत वैब टीवी देखने वाले समूह दर्शकों का स्वागत है। दोस्तों मैं हाँ सुरिंदरपाल सिंह वरपाल। चौथे गुरु साहिब श्री गुरु रामदास जी ने गुरु नगरी अमृतसर वसाई सी, जिस तो बाद महाराजा रणजीत सिंह ने अमृतसर के 12 विरासती गेट बनाए सन। आओ अज जानते हाँ इन 12 विरासती गेटा का पिछोकड़ ते अज इन्हां दा की वजूद है। ਸਥਾਨਕ ਹਾਥੀ ਗੇਟ ਦੀ ਨਵੋਸਾਰੀ ਸ਼ੁਰੂ ਹੋ ਗਈ ਹੈ। ਅੰਮ੍ਰਿਤਸਰ ਦੇ ਪੁਰਾਣੇ ਦਸਤਾਵੇਜ਼ਾਂ ਵਿੱਚ ਇਸ ਦਸਤਾਵੇਜ਼ ਦਾ ਨਾਮ ਦਰਵਾਜ਼ਾ ਡਿਊੜੀ ਸਾਹਿਬਜ਼ਾਦਾ ਵਜੋਂ ਦਰਜ ਹੈ। ਮੰਨਿਆ ਜਾਂਦਾ ਹੈ ਕਿ ਇਸ ਦਰਵਾਜ਼ੇ ਦੇ ਅੰਦਰ ਮਹਾਰਾਜਾ ਰਣਜੀਤ ਸਿੰਘ ਦੇ ਹਾਥੀ ਬੰਨੇ ਜਾਂਦੇ ਸਨ, ਜਿਸ ਕਰਕੇ ਇਸ ਦਾ ਨਾਮ ਹਾਥੀ ਦਰਵਾਜ਼ਾ ਪਿਆ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸਿੱਖ ਰਾਜ ਵੇਲੇ ਇਹਨਾਂ ਦਰਵਾਜ਼ਿਆਂ ਤੇ 72,000 ਰੁਪਏ ਦੀ ਲਾਗਤ ਆਈ। ਇਸ ਦੇ ਇਲਾਵਾ 12 ਦਰਵਾਜ਼ਿਆਂ ਦੀਆਂ ਜੋੜੀਆਂ ਤੇ 18,000 ਰੁਪਏ ਅਤੇ 7-24 ਤਖਤਾਂ ਤੇ 10,000 ਰੁਪਏ ਖਰਚ ਕੀਤੇ ਗਏ। ਸਨ 1876 ਵਿੱਚ ਅੰਗਰੇਜ਼ੀ ਸਰਕਾਰ ਦੁਆਰਾ ਹਾਲ ਗੇਟ ਬਣਾਉਣ ਤੋਂ ਬਾਅਦ ਦਰਵਾਜ਼ਾ ਰਾਮ ਬਾਗ ਦੀ ਬਾਹਰੀ ਡਿਉੜੀ ਨੂੰ ਛੱਡ ਕੇ ਬਾਕੀ ਸਭ ਇਤਿਹਾਸਿਕ ਦਰਵਾਜ਼ਿਆਂ ਨੂੰ ਢਾ ਦਿੱਤਾ ਗਿਆ। ਮਹਾ ਸਿੰਘ ਗੇਟ ਨੂੰ ਸਭ ਦਰਵਾਜ਼ਿਆਂ ਦੇ ਅੰਤ ਵਿੱਚ ਸਨ 1892 ਵਿੱਚ ਢਾਇਆ ਗਿਆ। ਇਸ ਦੌਰਾਨ ਇਹਨਾਂ ਦਰਵਾਜ਼ਿਆਂ ਤੋਂ ਉਤਾਰਿਆ ਕੀਮਤੀ ਸਮਾਨ ਲਾਹੌਰ ਸੈਂਟਰਲ ਮਿਊਜ਼ੀਅਮ ਵਿੱਚ ਭੇਜ ਦਿੱਤਾ ਗਿਆ। ਅੰਮ੍ਰਿਤਸਰ ਦੇ 12 ਵਿਰਾਸਤੀ ਵੱਖ ਵੱਖ ਗੇਟਾਂ ਸੰਬੰਧੀ ਜਾਣਕਾਰੀ ਸਾਂਝੀ ਕਰਨ ਦੇ ਲਈ ਇਸ ਵੇਲੇ ਸਾਡੇ ਨਾਲ ਮੌਜੂਦ ਹਨ ਉੱਘੇ ਇਤਿਹਾਸਕਾਰ ਸ੍ਰੀ ਸੁਰਿੰਦਰ ਕੁਛੜ ਜੀ। ਆਓ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਕੁਛੜ ਜੀ ਸਵਾਗਤ ਹੈ ਜੀ ਤੁਹਾਡਾ। ਸਭ ਤੋਂ ਪਹਿਲਾਂ ਮਿਹਰਬਾਨੀ ਜੀ। ਕੁਛੜ ਜੀ, ਜਿਹੜੇ 12 ਇਤਿਹਾਸਿਕ ਗੇਟ ਨੇ ਇਹਨਾਂ ਦਾ ਕੀ ਪਿਛੋਕੜ ਕੀ ਹੈ? ਦਰਅਸਲ ਜਿਹੜਾ ਸਿਟੀ ਅੰਮ੍ਰਿਤਸਰ, ਜਿਹੜਾ ਸ਼ਹਿਰ ਅੰਮ੍ਰਿਤਸਰ ਜਿਹੜਾ ਵਸਾਇਆ ਗਿਆ, ਇਹ ਇੱਕ ਦੇਖੀ ਦੇ ਕਿਲ੍ਹੇ ਦੇ ਰੂਪ ਦੇ ਵਿੱਚ ਹੈ। ਜਿਹੜਾ ਕਿਲ੍ਹਾ ਇਸ ਕਰਕੇ ਬਣਾਇਆ ਗਿਆ, ਇਹਨੂੰ ਕਿਲ੍ਹੇ ਦਾ ਰੂਪ ਦਿੱਤਾ ਗਿਆ ਕਿ ਦਰਬਾਰ ਸਾਹਿਬ ਦੀ ਪ੍ਰੋਟੈਕਸ਼ਨ ਜਿਹੜੀ ਬਹੁਤ ਜ਼ਰੂਰੀ ਹੈ। 12 ਦਰਵਾਜ਼ੇ ਜਿਹੜੇ ਰਣਜੀਤ ਸਿੰਘ ਮਹਾਰਾਜੀ ਸਿੰਘ ਦੇ ਟਾਈਮ 'ਤੇ ਬਣਾਏ ਗਏ ਅਤੇ 1831 ਦੇ ਵਿੱਚ ਜਿਹੜਾ ਇਹ ਕੰਮ ਦਰਵਾਜ਼ੇ ਅਤੇ ਦੁਆਰ ਦਾ ਕੰਮ ਚਾਲੂ ਹੋਇਆ। ਇਹ ਜਿਹੜੀ ਦੁਆਰਾ ਸ਼ਹਿਰ ਦੇ ਪੁਰਾਣਾ ਜਿਹੜਾ ਸਾਡਾ ਸ਼ਹਿਰ ਹੈਗਾ ਪੂਰੇ ਉਹਦੇ ਆਸੇ ਪਾਸੇ ਆ, ਉਹ 'ਚ ਜਿਸ ਤਰ੍ਹਾਂ 12 ਦਰਵਾਜ਼ੇ ਦੀ ਗੱਲ ਕੀਤੀ ਤਾਂ ਰਾਮਬਾਗ ਤੋਂ ਮੇਨ ਜਿਹੜੇ ਮੇਨ ਦਰਵਾਜ਼ੇ ਨੇ ਸਾਡੇ ਰਾਮਬਾਗ ਅਤੇ ਲਾਹੌਰੀ ਗੇਟ। ਰਾਮਬਾਗ ਦਾ ਇਸ ਕਰਕੇ ਕਿ ਰਾਮਬਾਗ ਜਿਹੜਾ ਰਣਜੀਤ ਸਿੰਘ ਦਾ ਮਹਾਰਾਜਾ ਰਣਜੀਤ ਸਿੰਘ ਦਾ ਪੈਲਸ ਆ, ਉੱਥੋਂ ਰਾਮਬਾਗ ਦੇ ਵੱਲੋਂ ਹੋ ਕੇ ਜਿਹੜੇ ਉਹ ਦਰਬਾਰ ਸਾਹਿਬ ਜਾਂਦੇ ਰਹੇ ਹਨ। ਅਤੇ ਲਾਹੌਰੀ ਦਰਵਾਜ਼ੇ ਦੀ ਇੰਪੋਰਟੈਂਸ ਇਸ ਕਰਕੇ ਜ਼ਿਆਦਾ ਰਹੀ ਕਿ ਲਾਹੌਰੀ ਦਰਵਾਜ਼ਾ ਲਾਹੌਰ ਆਉਣ ਵਾਲੇ ਰਸਤੇ 'ਤੇ ਮੌਜੂਦ ਹੈ। ਇਹ ਜਿਹੜੇ ਦਰਵਾਜ਼ੇ ਇਹਨਾਂ ਦੇ ਜਿਹੜੇ ਪੁਰਾਣੇ ਟਾਈਮ 'ਚ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਟਾਈਮ ਰਿਹਾ ਤਾਂ ਇਹਨਾਂ ਦਰਵਾਜ਼ਿਆਂ ਦੇ ਬਾਹਰਲੀ ਸਾਈਡ 'ਤੇ ਖਾਈ ਵੀ ਜਿਹੜੀ 4-5 ਫੁੱਟ ਡੂੰਘੀ ਖਾਈ ਸੀ, ਪਾਣੀ ਨਾਲ ਭਰੀ ਹੁੰਦੀ, ਉਹ ਖਾਈ ਵੀ ਬਣੀ ਸੀ। ਅਤੇ ਰਾਤ ਨੂੰ ਮੋਸਟਲੀ ਸਾਰੇ ਦਰਵਾਜ਼ੇ ਬੰਦ ਕਰ ਦਿੱਤੇ ਜਾਂਦੇ ਸਨ, ਜਦੋਂ ਕਿ ਜਿਹੜਾ ਹੈਗਾ ਲਾਹੌਰੀ ਗੇਟ ਇਹ ਖੁੱਲ੍ਹਾ ਰਹਿੰਦਾ ਸੀ ਰਾਤ ਨੂੰ ਵੀ, ਕਿ ਆਉਣ ਜਾਣ ਵਾਲੇ ਜਿਹੜੇ ਟੂਰਿਸਟ ਹੋਣ ਵਗੈਰਾ, ਚੈਕਿੰਗ ਵਗੈਰਾ ਹੋ ਗਏ, ਸ਼ਹਿਰ ਦੇ ਵਿੱਚ ਐਂਟਰੈਂਸ ਵਗੈਰਾ ਹੁੰਦੀ ਸੀ ਉਹਨਾਂ ਦੇ। ਇਹ ਜਿਹੜੇ ਅੱਜ ਅਸੀਂ ਨਾਮ ਸੁਣਦੇ ਹਾਂ, ਜਿਸ ਤਰ੍ਹਾਂ ਮਹਾ ਸਿੰਘ ਗੇਟ ਹੋ ਗਿਆ, ਘਿਓ ਮੰਡੀ ਦਰਵਾਜ਼ਾ ਹੋ ਗਿਆ, ਸੁਲਤਾਨਵਿੰਡ ਦਰਵਾਜ਼ਾ, ਇਹ ਨਾਮ ਜਿਹੜੇ ਸਿੱਖ ਰਾਜ ਦੇ ਟਾਈਮ ਦੇ ਉੱਤੇ ਨਾਮ ਜਿਹੜੇ ਹੋਰ ਨੇ, ਜਿਸ ਤਰ੍ਹਾਂ ਮਹਾ ਸਿੰਘ ਗੇਟ ਦਾ ਜਿਹੜਾ ਨਾਂ ਦਰਵਾਜ਼ਾ ਡਿਉੜੀ ਸ਼ਹਿਜ਼ਾਦਾ ਕਲਾ, ਇਸੇ ਤਰੀਕੇ ਨਾਲ ਜਿਹੜਾ ਹੈਗਾ ਸੁਲਤਾਨਵਿੰਡ ਦਰਵਾਜ਼ਾ, ਉਹਦਾ ਨਾਂ ਦਰਵਾਜ਼ਾ ਦਿੱਲੀ ਤੋਪ ਵਾਲਾ, ਇਸੇ ਤਰੀਕੇ ਨਾਲ ਅੱਗੇ ਅਲੱਗ ਅਲੱਗ ਨਾਮ ਸੀ ਦਰਵਾਜ਼ਿਆਂ ਦੇ ਸਾਰੇ। ਅੰਗਰੇਜ਼ ਹਕੂਮਤ ਨੇ ਜਦੋਂ 1862 ਦੇ ਵਿੱਚ ਜਿਹੜੇ ਤਕਰੀਬਨ ਸਾਰੇ ਦਰਵਾਜ਼ੇ ਢਾਹ ਦਿੱਤੇ ਗਏ, ਜਿਹੜਾ ਦਰਵਾਜ਼ਾ ਰਾਮਬਾਗ ਹੈ ਇਹ ਤਾਂ ਮਹਾ ਸਿੰਘ ਗੇਟ ਜਿਹੜਾ ਇਹ 1892 'ਚ ਕਰਾਏ ਗਏ। ਅੰਗਰੇਜ਼ਾਂ ਨੇ ਇਹਨਾਂ ਦਰਵਾਜ਼ਿਆਂ ਨੂੰ ਗੁਰਾਉਣ ਤੋਂ ਬਾਅਦ ਇਹ ਨਵੇਂ ਦਰਵਾਜ਼ੇ ਜਿਹੜੇ ਅੱਜ ਵੀ ਕੁਛ ਨਿਸ਼ਾਨੀਆਂ ਜਿਹਨਾਂ ਦੀਆਂ ਹੈਗੀਆਂ ਨੇ, ਕੁਛ ਦਰਵਾਜ਼ੇ ਵੀ ਮੌਜੂਦ ਨੇ, ਇਹ ਉਸ ਤੋਂ ਬਾਅਦ ਜਿਹੜੇ ਉਹ ਸਾਰੇ ਗਏ ਨੇ। ਇਹ ਪਰ ਜਿਹੜੇ ਇਹ ਜਿਹੜੇ ਪੁਰਾਣੇ ਦਰਵਾਜ਼ਿਆਂ ਨਾਲ ਜਿਹੜੀ ਵੇਖੀ ਮਿਲਾ ਕੇ ਨਾਲ ਤੁਲਨਾ ਕਰੀਏ ਤਾਂ ਕਿਤੇ ਵੀ ਇਹ ਸੈੱਟ ਨਹੀਂ ਬੈਠਦੇ, ਕਿਉਂਕਿ ਉਹ ਦਰਵਾਜ਼ੇ ਬਹੁਤ ਵੱਡੇ ਦਰਵਾਜ਼ੇ ਸਨ, ਬੜੇ ਜਿਹੜਾ ਸਿੱਖ ਰਾਜ ਦੀ ਜਿਹੜੀ ਮੇਨ ਜਿਸ ਤਰ੍ਹਾਂ ਕਿਲ੍ਹਿਆਂ ਦੀ ਲੁੱਕ ਹੁੰਦੀ ਹੈ ਉਸ ਤਰੀਕੇ ਨਾਲ ਦਰਵਾਜ਼ਾ ਦੀ ਲੁੱਕ ਸੀ। ਅਤੇ ਜਿਹੜੀ ਆ ਜਿਹੜੇ ਅੰਗਰੇਜ਼ੀ ਟਾਈਮ ਦੇ ਦਰਵਾਜ਼ੇ ਨੇ ਉਹ ਕਿਸੇ ਪਾਸੇ ਖਰੇ ਨਹੀਂ ਉਤਰਦੇ, ਤਾਂ ਉਹ ਵੀ ਜਿਹੜੇ ਹੁਣ ਮਤਲਬ ਅੱਧੇ ਪਿਛੇ ਢੱਠ ਗਏ ਨੇ ਸਾਰੇ। ਇਹ ਜਿਹੜੇ ਦਰਵਾਜ਼ੇ ਹੁਣ ਮੌਜੂਦ ਨੇ ਇਹ ਕਦੋਂ ਬਣਾਏ ਸੀ? ਟੋਟਲ ਕਿੰਨੇ ਦਰਵਾਜ਼ੇ ਇਸ ਲਈ ਮੌਜੂਦ ਹੈ ਅੰਮ੍ਰਿਤਸਰ ਦੇ ਵਿੱਚ? ਸੁਰਿੰਦਰ, ਇਸ ਤਰੀਕੇ ਨਾਲ ਕਿ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ 12 ਦਰਵਾਜ਼ੇ ਮਹਾਰਾਜੀ ਸਿੰਘ ਦੇ ਟਾਈਮ 'ਤੇ ਸੀ, ਉਹਨਾਂ ਤੋਂ ਬਾਅਦ ਕੁਛ ਦਰਵਾਜ਼ੇ ਨਵੇਂ ਵੀ ਐਡ ਹੋ ਗਏ, ਜਿਸ ਤਰ੍ਹਾਂ ਚੌਹਾਲ ਦਰਵਾਜ਼ਾ। ਬਹੁਤ ਸਾਰੇ ਲੋਕਾਂ ਨੂੰ ਭਰਮ ਭੁਲੇਖੇ ਨੇ ਕਿ ਸ਼ਾਇਦ ਇਹ ਦਰਵਾਜ਼ਾ ਵੀ ਰਣਜੀਤ ਸਿੰਘ ਦੇ ਟਾਈਮ ਦਾ, ਪਰ ਇਹ 1876 ਦੇ ਵਿੱਚ CH ਹਾਲ ਜਿਹੜੇ ਨੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਉਹਨਾਂ ਦੇ ਨਾਲ ਉਹਨਾਂ ਵੱਲੋਂ ਬਣਾਇਆ ਗਿਆ। ਉਸੇ ਦੌਰਾਨ ਜਦੋਂ ਹਾਲ ਦਰਵਾਜ਼ਾ ਬਣਿਆ ਉਦੋਂ ਹੀ ਸਿਕੰਦਰੀ ਗੇਟ ਵੀ ਬਣਿਆ, ਜਿਹੜਾ ਖਤਮ ਹੋ ਚੁੱਕਿਆ ਹੁਣ, ਜਿਹੜਾ ਕਿ ਜਿਹੜਾ ਹੈਗਾ ਸੀ ਜਿਹੜਾ ਘਿਓ ਮੰਡੀ ਦੇ ਤੋਂ ਮਹਾ ਸਿੰਘ ਗੇਟ ਦੇ ਵਿੱਚ ਕਰ ਦਿੱਤਾ ਦੇਣ ਲਈ ਇੱਕ ਦਰਵਾਜ਼ਾ ਤਾਰ ਜਿਹੜਾ ਹੈਗਾ ਉਹ ਉੱਥੇ ਬਣਾਇਆ ਗਿਆ। ਇਸੇ ਤਰੀਕੇ ਨਾਲ 4 ਦਰਵਾਜ਼ੇ ਬਾਅਦ 'ਚ ਐਡੀਸ਼ਨ ਉਹਨਾਂ ਦੀ ਹੋਰ ਕੀਤੀ ਗਈ। ਟੋਟਲ ਇਸ ਵੇਲੇ ਸਾਡੇ ਕੋਲ 16 ਦਰਵਾਜ਼ੇ ਨੇ, ਜਿਨ੍ਹਾਂ ਵਿੱਚੋਂ ਹੁਣ ਜਿਹੜਾ ਰੈਨੋਵੇਸ਼ਨ ਦਾ ਕੰਮ ਆ ਉਹ ਜਿਹੜਾ ਲਾਹੌਰੀ ਗੇਟ ਤੋਂ ਚਾਲੂ ਕੀਤਾ, ਲਾਹੌਰੀ ਗੇਟ ਦੇ ਨਾਲ ਕੁਝ ਬਾਕੀ ਦਰਵਾਜ਼ਿਆਂ ਨੂੰ ਵੀ ਕਰ ਰਹੇ ਹਾਂ। ਅਤੇ ਹੌਲੀ ਹੌਲੀ ਕਿਉਂਕਿ ਸੁਲਤਾਨਵਿੰਡ ਦੇ ਵੀ ਬੜੀ ਚਿਰ ਤੋਂ ਆ ਰਹੀ ਸੀ, ਉੱਥੇ ਜਿਹੜਾ ਬੋਰਡ ਵੀ ਜਿਹੜਾ ਲੱਗਾ
ਉਹ ਵੀ ਕਾਫੀ ਜ਼ਿਆਦਾ ਫਟ ਚੁੱਕਿਆ, ਕਾਫੀ ਖਸਤਾ ਹਾਲਤ ਵਿੱਚ ਆ। ਬੁਰਜੀਆਂ ਰਹਿ ਗਈਆਂ ਨੇ, ਬਾਕੀ ਦਰਵਾਜ਼ਾ ਖਤਮ ਹੋ ਗਿਆ। ਤਾਂ ਹੁਣ ਹੌਲੀ ਹੌਲੀ ਸਰਕਾਰ ਉਹਨਾਂ ਦਰਵਾਜ਼ਿਆਂ ਨੂੰ ਸੰਭਾਲਣ ਵਾਸਤੇ ਇਹ ਪੁਰਾਣੀ ਲੁੱਕ ਦੇਣਾ ਤਾਂ ਥੋੜ੍ਹਾ ਪੋਸੀਬਲ ਨਹੀਂ, ਕਿਉਂਕਿ ਬੜੀ ਇਨਕਰੋਚਮੈਂਟ ਹੋ ਚੁੱਕੀ ਹੈ ਦੀਵਾਰ ਦੇ ਵਿੱਚ ਵੀ। ਪਰ ਫਿਰ ਵੀ ਇੱਕ ਸਰਕਾਰ ਦਾ ਇੱਕ ਚੰਗਾ ਹੱਲਾ, ਚੰਗਾ ਉਪਰਾਲਾ ਕਿ ਇਹਨਾਂ ਦਰਵਾਜ਼ਿਆਂ ਨੂੰ ਸਹਿਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤੁਸੀਂ ਗੱਲ ਕੀਤੀ ਸੀ ਕਿ ਇਹਨਾਂ ਦਰਵਾਜ਼ਿਆਂ ਦੇ ਵਿੱਚ ਕੁਛ ਦੀਵਾਰਾਂ ਵੀ ਜਿਹੜੀਆਂ ਸੀ ਉਹ ਵੀ ਬਾਉਂਡਰੀ ਵਾਲ ਜਿਹੜੀ ਕੀਤੀ ਗਈ ਸੀ, ਉਹ ਅੱਜ ਕੱਲ੍ਹ ਜਿਹੜੀ ਬਾਉਂਡਰੀ ਵਾਲ ਦਿਖਾਈ ਨਹੀਂ ਦਿੰਦੀ, ਤੁਸੀਂ ਕੀ ਸਮਝਦੇ ਹੋ ਕਿ ਕਦੋਂ ਤੋਂ ਇਹ ਲੋਪ ਹੋ ਗਈ ਹੈ ਅਤੇ ਕਿਹਨੂੰ ਸੰਭਾਲਣ ਦੀ ਲੋੜ ਹੈ? ਜਿਸ ਤਰ੍ਹਾਂ ਪਾਰਟੀਸ਼ਨ ਤੋਂ ਬਾਅਦ, ਪਾਰਟੀਸ਼ਨ ਤੱਕ ਜਿਹੜੀ ਸੀ ਕਾਫੀ ਨਿਸ਼ਾਨੀਆਂ ਸੀ ਜਿਹੜੀਆਂ ਪੁਰਾਣੀ ਦਰਬਾਰ ਦੀਆਂ, ਜਿਹੜੀਆਂ ਮਹਾਰਾਜੀ ਸਿੰਘ ਨੇ ਬਣਾਈ ਸੀ, ਉਹ ਦੀਵਾਰ ਤਕਰੀਬਨ ਹੁਣ ਥੋੜ੍ਹਾ ਜਿਹਾ ਪਾਰਟ ਹੈਗਾ ਸਾਡੇ ਕੋਲ ਥਾਣਾ ਬੀ ਡਿਵੀਜ਼ਨ ਦੇ ਨਾਲ, ਜਿਹ 'ਚ ਪੀਰਾਂ ਦੀ ਦਰਗਾਹ ਬਣੀ ਹੈ। ਇਹਦੇ ਕੁਛ ਪੋਰਸ਼ਨ ਜਿਹੜਾ ਥਾਣਾ ਰਾਮਬਾਗ ਦੇ ਨਾਲ, ਬਾਕੀ ਸਾਰੀ ਦੀਵਾਰ ਜਿਹੜੀ ਅੰਗਰੇਜ਼ੀ ਟਾਈਮ 'ਤੇ ਬਣੀ ਹੈ। ਮੰਦਭਾਗੀ ਗੱਲ ਇਹ ਕਿ ਅੰਗਰੇਜ਼ਾਂ ਦੇ ਵਾਲੇ ਜਿਹੜੀ ਦੀਵਾਰ ਬਣੀ ਉਹਦੇ 'ਚ ਵੀ ਕਿਤੇ ਬੈਂਕ ਬਣ ਗਿਆ, ਕਿਤੇ ਦੁਕਾਨਾਂ ਬਣ ਗਈਆਂ, ਕਿਤੇ ਘਰ ਬਣ ਗਏ, ਉਹ ਵੀ ਅੱਜ ਜਿਹੜੀ ਦੁਕਾਨ ਜਿਹੜੀ ਦੀਵਾਰ ਆ ਸੁਰੱਖਿਅਤ ਨਹੀਂ ਕਿਤੇ ਵੀ ਪਾਸੇ ਗਈ। ਜੋ ਹਾਲਾਤ ਹੈ ਇਸ ਵੇਲੇ ਅਸੀਂ ਦੇਖਦੇ ਹਾਂ ਸ਼ਹਿਰ ਦੀ ਚਾਰ ਦੀਵਾਰੀ ਦੇ, ਜੋ ਪੁਰਾਤਨ ਵਿਰਸਾ ਸੀ ਜਾਂ ਵਿਰਾਸਤੀ ਸਾਡੀ, ਉਹ ਕਾਫੀ ਜਿਹੜੀ ਆ ਉਹਨੂੰ ਸੁੱਟਿਆ ਵੀ ਗਿਆ ਹੈ, ਉਹਦੇ ਕਰੋ ਨਜਾਇਜ਼ ਕਬਜ਼ੇ ਵੀ ਕੀਤੇ ਗਏ ਨੇ, ਕੀ ਕੁਝ ਕਰਨ ਦੀ ਲੋੜ ਹੈ ਸਰਕਾਰ ਨੂੰ? ਸਭ ਤੋਂ ਪਹਿਲਾਂ ਤਾਂ ਜਿਹੜੀ ਨਜਾਇਜ਼ ਕਬਜ਼ਿਆਂ ਦੀ ਗੱਲ ਹੈ ਕਿ ਉਹ ਨਜਾਇਜ਼ ਕਬਜ਼ੇ ਹਟਾਉਣੇ ਬਹੁਤ ਜ਼ਰੂਰੀ ਨੇ, ਕਿਉਂ ਜਦੋਂ ਅਸੀਂ ਗੱਲ ਕਰਦੇ ਹਾਂ ਅੰਮ੍ਰਿਤਸਰ ਨੂੰ ਕਿ ਇੱਕ ਕਿਲ੍ਹੇ ਦੇ ਵਾਂਗੂ ਬਣਿਆ, ਇੱਕ ਚਾਰ ਦੀਵਾਰੀ ਦੇ ਵਿੱਚ ਬਣਿਆ ਸ਼ਹਿਰ ਆ, ਤਾਂ ਚਾਰ ਦੀਵਾਰੀ ਨਜ਼ਰ ਨਹੀਂ ਆ ਰਹੀ, ਦਰਵਾਜ਼ੇ ਜਿਹੜੇ ਉਹ ਵੀ ਆਪਣੇ ਅੱਧੇ ਵਿੱਚ ਦੀ ਹਾਲਤ ਵਿੱਚ ਨੇ। ਸਭ ਤੋਂ ਪਹਿਲਾਂ ਜਿਹੜਾ ਹੈਗਾ ਸ਼ੁਰੂਆਤ ਹੈ ਇਹਦੀ ਰੈਨੋਵੇਸ਼ਨ ਤੋਂ ਵੀ, ਮੈਨੂੰ ਲੱਗਦਾ ਜਿਹੜੀ ਜ਼ਰੂਰੀ ਹੈ ਉਹ ਸਭ ਤੋਂ ਪਹਿਲਾਂ ਕਬਜ਼ੇ ਹਟਾਉਣ ਦੀ ਹੈ ਕਿ ਕਬਜ਼ੇ ਹਟਾਏ ਜਾਣ ਤਾਂ ਕਿ ਜਿਹੜਾ ਨਿਰਵਿਘਨ ਜਿਹੜਾ ਬਾਕੀ ਦਾ ਕੰਮ ਜਿਹੜਾ ਕੰਟੀਨਿਊ ਜਾਰੀ ਰਹਿ ਸਕੇ। ਕਿਉਂਕਿ ਬੜੀ ਵਾਰੀ ਅਸੀਂ ਦੇਖਿਆ ਕਿ ਕੰਮ ਸਟਾਰਟ ਹੁੰਦਾ ਕਬਜ਼ਿਆਂ ਕਰਕੇ ਰੁਕ ਜਾਂਦਾ, ਅਤੇ ਇਸ ਵੇਲੇ ਜ਼ਿਆਦਾ ਜ਼ਰੂਰੀ ਜਿਹੜਾ ਕਬਜ਼ੇ ਹਟਾਉਣੇ ਨੇ। ਥੈਂਕ ਯੂ ਕੁਛੜ ਜੀ। ਸੋ ਇਹ ਸਨ ਸੁਰਿੰਦਰ ਕੁਛੜ ਜੀ, ਜਿਨ੍ਹਾਂ ਨੇ ਸਾਨੂੰ ਦੱਸਿਆ ਹੈ ਕਿ ਮਹਾਰਾਜਾ ਰਣਜੀਤ ਸਿੰਘ ਨੇ 12 ਜਿਹੜੇ ਸੀ ਵਿਰਾਸਤੀ ਗੇਟ ਬਣਾਏ ਸਨ ਤਾਂ ਜੋ ਸ਼ਹਿਰ ਦੀ ਸੁਰੱਖਿਆ ਦੇ ਵਾਸਤੇ ਜਿਹੜੀ ਸੀ ਵੱਖ ਵੱਖ ਗੇਟਾਂ ਦੀ ਜਿਹੜੀ ਸੀ ਕੀਤੀ ਗਈ ਸੀ ਉਸਾਰੀ। ਅਤੇ ਉਸ ਤੋਂ ਬਾਅਦ ਅੰਗਰੇਜ਼ਾਂ ਦਾ ਜਦੋਂ ਰਾਜ ਸ਼ੁਰੂ ਹੋਇਆ ਤਾਂ ਉਹਨਾਂ ਨੇ ਪੁਰਾਤਨ ਜਿਹੜੇ ਸੀ ਵਿਰਾਸਤੀ ਗੇਟ ਉਹ ਢਹਿ ਢੇਰੀ ਕੀਤੇ ਗਏ ਅਤੇ ਆਪਣੇ ਜਿਹੜੇ ਸੀ ਦਰਵਾਜ਼ੇ ਬਣਾਏ, ਅਤੇ ਹੁਣ ਇਸ ਵੇਲੇ ਵੱਖ ਵੱਖ ਗੇਟ ਜਿਹੜੇ ਨੇ ਉਹ ਇਸ ਵੇਲੇ ਸੁਸ਼ੋਭਿਤ ਨੇ, ਅਤੇ ਉਹਨਾਂ ਵਿੱਚੋਂ ਬਹੁਤ ਸਾਰੇ ਗੇਟ ਜਿਹੜੇ ਨੇ ਉਹ ਇਸ ਵੇਲੇ ਖੁਰਦ ਬੁਰਦ ਵੀ ਹੋ ਚੁੱਕੇ ਨੇ।